जेड़े गुर करदे निंदा खावन बोलियां मारदे हैवन आखदे हैवन जो हुण वेखा श्री सतगुरु जी दी हट्टी भी बचदी है कि नहीं तां श्री सतगुरु जी आख्या जो सिखो तुसी श्री सतगुरु नानक देव जी दे चरणा ते भरोसा रखो ओ साडे सिर ते है अग्नि पवन पानी ए सारियां वस्तु उस दे हुकम विच आवन जो उसनू पावसी सोई होसी तुसी धोखला ना करो पर सिख बेसबरे होए होए रह ना सके ते रोकर श्री सतगुरु जी दी चरनी कठे ते आख्या सत्या पातशाह हुण साडी गल नहीं रहिंदी तू ही सतगुरु नानक साहिब है ते निर्लेप है तुसां नूं तां कोई वधा घटा नहीं पर दात्या जेकर हट्टी नूं अग पहुंच गई तां गुरु निंदकां दियां बोलियां सानू बहुत होए रह सन फिर असी उहनां दे सामने रहण जोगे नहीं रहिंदे जां जिस तरह दिलों उहनां सिखां बेनती कीती तां श्री सतगुरु जी ने हट्टी विचों बाहर निकल कर अग्नि वल तकिया तां अग दूसरे पासरे वल उलट गई जा जिस तरह दिलों उन्हां सिखां बेनती कीती तां श्री सतगुरु जी ने हट्टी विचों बाहर निकल कर अग्नि वल तकिया तां अग दूसरे पासे वल उलट गई वेखण वाले ए आखदे सन जिस तरह अग्नि श्री सतगुरु जी नू नमस्कार करन आई है सी ते दर्शन करके दूसरे पासे वल परत गई जेड़े श्री सतगुरु जी दे लाडलिया नू आखदे सन जो आई ने संभालो उना दे मुंह पास पास होए गए ते श्री सतगुरु जी ने अपने लाडलिया दी बेनती प्रवान करके अपने दृश्य द्वारा अग्नि नू दूसरे पासरे वल मोड़ दिता ए सामने कोतक वेख कर खजरो शहर दे लोग हैरान हो गए ते श्री सतगुरु जी दी हट्टी दे नाल नाल दियां हट्टियां भी बच गईयां ए सामने ताकत श्री सतगुरु जी दी वेख कर हजरो वासियां ने बहुत सारिया आए कर श्री सतगुरु जी तो नाम दा दान लेता ए सामने ताकत श्री सतगुरु जी दी वेख कर हजरो वासियां ने बहुत सारिया आए कर श्री सतगुरु जी तो नाम दा दान लेता साखी पूरी हुई एकोंकार सतगुर प्रसाद धन्य धन्य श्री सतगुरु बालक सिंह साहिब सचे पातशाही धन्य धन्य श्री सतगुरु बाबा संगतार साहिब सचे पातशाही। एक दिन फेर बहुत सारिया पलटना सिखा दिया किले भी जा रही उन्हां विचों बहुत सारे सिख श्री सतगुरु जी दे दर्शन नूं आए तां अगे श्री सतगुरु जी बाग विच पोथी दी कथा कर रहे सन
ਤਾਂ ਸਿੱਖ ਸਾਹਮਣੇ ਬੈਠ ਗਏ ਤੇ ਕਥਾ ਸੁਣਦੇ ਰਹੇ। ਜਦ ਕਥਾ ਦਾ ਭੋਗ ਪਿਆ ਤਾਂ ਸਾਰਿਆਂ ਸਿੱਖਾਂ ਉੱਠ ਕਰ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਤਾਂ ਸ੍ਰੀ ਸਤਿਗੁਰੂ ਜੀ ਨੇ ਪੁੱਛਿਆ, ਭਾਈ ਕਿਸ ਦੇਸ਼ ਤੋਂ ਆਏ ਹੋ? ਤਾਂ ਉਹਨਾਂ ਆਖਿਆ, ਜੀ ਅਸੀਂ ਪੰਜਾਬ ਦੇਸ਼ ਤੋਂ ਆਏ ਹਾਂ ਜੀ। ਤਾਂ ਸ੍ਰੀ ਸਤਿਗੁਰੂ ਜੀ ਆਖਿਆ, ਇੱਥੇ ਕਿਸ ਤਰ੍ਹਾਂ ਆਏ ਹੈ ਉਹ? ਤਾਂ ਉਹਨਾਂ ਸਿੱਖਾਂ ਆਖਿਆ, ਜੀ ਇੱਥੇ ਅਸੀਂ ਪਲਟਨ ਵਿੱਚ ਆਏ ਹੈ ਵਾ ਜੀ, ਤੇ ਜਿਸ ਵੇਲੇ ਅਸੀਂ ਪੰਜਾਬੋਂ ਤੁਰੇ ਗਏ ਸਾਂ ਤਾਂ ਭਾਈ ਰਾਮ ਸਿੰਘ ਜੀ ਭੈਣੀ ਵਾਲੇ ਨੇ ਸਾਨੂੰ ਦੱਸ ਪਾਈ ਸੀ ਜੇ ਹਜ਼ੂਰ ਸਾਹਿਬ ਵਿੱਚ ਸ੍ਰੀ ਸਤਿਗੁਰੂ ਜੀ ਪ੍ਰਗਟੇ ਐਵਨ ਤੁਸਾਂ ਦਰਸ਼ਨ ਕਰਨ ਜ਼ਰੂਰ ਜਾਵਣਾ ਤੇ ਨਾਮ ਦਾ ਖੈਰ ਮੰਗਣਾ ਜੋ ਤੁਸਾਡਾ ਜਨਮ ਮਰਨ ਕੱਟਿਆ ਜਾਵੇ। ਨਾਲੇ ਉਹ ਆਪ ਵੀ ਬੜਾ ਭਜਨ ਕਰਦੇ ਐਵਨ ਤੇ ਰਹਿਣੀ ਬਹਿਣੀ ਵਿੱਚ ਵੀ ਬੜੇ ਪੱਕੇ ਐਵਨ। ਜਦ ਇਹ ਗੱਲ ਸਿੱਖਾਂ ਆਖੀ ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਪੁੱਛਣ ਲੱਗੇ, ਜੋ ਭਾਈ ਰਾਮ ਸਿੰਘ ਜੀ ਰਾਜ਼ੀ ਹੈ ਸਨ? ਤਾਂ ਸਿੱਖਾਂ ਆਖਿਆ, ਜੋ ਆਪ ਦੀ ਕਿਰਪਾ ਨਾਲ ਰਾਜ਼ੀ ਹੈ ਸਨ। ਤਾਂ ਕੁਝ ਚਿਰ ਪਿੱਛੋਂ ਫੇਰ ਸਿੱਖਾਂ ਅਰਜ਼ ਕੀਤੀ, ਜੋ ਸੱਚਾ ਪਾਤਸ਼ਾਹ ਜੀ ਦੀਨ ਦਿਆਲ ਸਤਿਗੁਰੂ ਜੀ ਸਾਡੇ ਤੇ ਵੀ ਨਾਮ ਦੀ ਦਾਤ ਕਰੋ। ਤਾਂ ਸ੍ਰੀ ਸਤਿਗੁਰੂ ਜੀ ਆਖਿਆ, ਸਿੱਖੋ ਨਾਮ ਦੀਆਂ ਰਹਿਣੀਆਂ ਬਹੁਤ ਔਖੀਆਂ ਰਹਿਮਨ। ਤਾਂ ਸਿੱਖਾਂ ਆਖਿਆ, ਜੋ ਸੱਚਾ ਪਾਤਸ਼ਾਹ ਹੁਣ ਤੇਰੇ ਦਰ ਤੇ ਆਣ ਢੱਠੇ ਹਾਂ, ਨਾਮ ਦੀ ਦਾਤ ਕਰਕੇ ਨਾਮ ਵੀ ਆਪ ਜਪਾ ਤੇ ਰਹਿਣੀਆਂ ਵੀ ਆਪੇ ਨਿਭਾ। ਅਸੀਂ ਗੰਦੇ ਜੀਵ ਵਿਸ਼ਈ ਮੋਹ ਮਮਤਾ ਵਿੱਚ ਫਸੇ ਹੋਏ ਹਾਂ, ਸਾਡਾ ਮੂੰਹ ਕਿੱਥੇ ਜੋ ਅਸੀਂ ਭਜਨ ਕਰੀਏ ਯਾ ਰਹਿਣੀਆਂ ਰੱਖੀਏ। ਹੁਣ ਆਪ ਦਇਆ ਕਰੋ। ਇਹ ਨਿਮਰਤਾ ਭਰੇ ਬਚਨ ਸੁਣ ਕਰ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਦਇਆ ਦੇ ਘਰ ਵਿੱਚ ਆਏ ਤੇ ਨਾਮ ਦਾ ਭੰਡਾਰਾ ਖੋਲ ਦਿੱਤਾ ਤੇ ਆਖਿਆ, ਜੋ ਇੱਕ ਇੱਕ ਸਿੱਖ ਆਉਂਦਾ ਜਾਵੇ ਤੇ ਭਜਨ ਲੈਂਦਾ ਜਾਵੇ। ਤਾਂ ਇੱਕ ਇੱਕ ਸਿੱਖ ਨੇ ਆ ਕਰ ਭਜਨ ਲਿੱਤਾ। ਫਿਰ ਸ੍ਰੀ ਸਤਿਗੁਰੂ ਜੀ ਨੇ ਰਹਿਣੀਆਂ ਦੱਸੀਆਂ, ਜੋ ਬਿਗਾਨਾ ਅੰਨ ਬਿਗਾਨਾ ਤਨ ਤੇ ਪਾਰਿਸਤਰੀ ਦਾ ਤਿਆਗ ਕਰਨਾ ਰਹਿਣੀਆਂ ਸੁਣ ਕਰ ਸਾਰਿਆਂ ਸਿੱਖਾਂ ਨੇ ਮੱਥਾ ਟੇਕਿਆ ਤੇ ਲੱਗੇ ਭਜਨ ਕਰਨ। ਫਿਰ ਸ੍ਰੀ ਸਤਿਗੁਰੂ ਜੀ ਤੋਂ ਆਗਿਆ ਲੈ ਕਰ ਕਿਲੇ ਵੱਲ ਚਲੇ ਗਏ, ਹੁਣ ਕੋਈ ਦਿਨ ਖਾਲੀ ਨਾ ਜਾਵੇ। ਦੋ ਚਾਰ ਸਿੱਖ ਰੋਜ਼ ਪੰਜਾਬ ਵੱਲੋਂ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਨੂੰ ਆ ਜਾਵਣ ਤੇ ਜਿਹੜਾ ਸਿੱਖ ਆਵੇ ਆਖੇ, ਜੀ ਭਾਈ ਰਾਮ ਸਿੰਘ ਜੀ ਭੈਣੀ ਵਾਲੇ ਨੇ ਦੱਸ ਪਾਈ ਹੈ, ਹੁਣ ਕਿਰਪਾ ਕਰੋ ਤੇ ਨਾਮ ਦੀ ਬਖਸ਼ਿਸ਼ ਕਰੋ। ਤਾਂ ਸ੍ਰੀ ਸਤਿਗੁਰੂ ਜੀ ਭਜਨ ਦੇਵਣ। ਇੱਕ ਦਿਨ ਸ੍ਰੀ ਸਤਿਗੁਰੂ ਜੀ ਮਨ ਵਿੱਚ ਵਿਚਾਰਨ ਲੱਗੇ, ਜੋ ਪੰਜਾਬ ਤੋਂ ਰੋਜ਼ ਦੋ ਚਾਰ ਸਿੱਖ ਆ ਜਾਂਦੇ ਐਵਨ ਤੇ ਅਸਾਂ ਲੰਗਰ ਦਾ ਤੇ ਪੂਜਾ ਦਾ ਸਿਲਸਿਲਾ ਬੰਦ ਕੀਤਾ ਹੋਇਆ ਹੈ, ਜੇਕਰ ਕੋਈ ਐਸਾ ਪੁਰਖ ਮਿਲੇ ਜੋ ਮਾਰ ਗਲਿਓ ਪਰੇ ਪਰੇ ਪੰਜਾਬ ਦੀਆਂ ਸੰਤਾਂ ਨੂੰ ਸੰਭਾਲੇ। ਇਹ ਸੋਚਾ ਕਰ ਹੀ ਰਹੇ ਸਨ
ਤਾਂ ਸਾਈਂ ਸਾਹਿਬ ਜੀ ਆ ਗਏ ਤੇ ਮੱਥਾ ਟੇਕ ਕਰ ਸ੍ਰੀ ਸਤਿਗੁਰ ਜੀ ਪਾਸ ਬੈਠ ਗਏ। ਫਿਰ ਸ੍ਰੀ ਸਤਿਗੁਰ ਜੀ ਕੁਝ ਵੀ ਸਮਾਜ ਦੇ ਘਰ ਵਿਚ ਹੈ ਸਨ, ਪਰ ਸ੍ਰੀ ਸਤਿਗੁਰ ਜੀ ਕੁਝ ਵੀ ਸਮਾਜ ਦੇ ਘਰ ਵਿਚ ਹੈ ਸਨ। ਕੁਝ ਚਿਰ ਪਿੱਛੋਂ ਭਾਈ ਧਨੀ ਰਾਮ ਜੀ ਜ਼ੇਦੇ ਵਾਲੇ ਵੀ ਦਰਸ਼ਨ ਨੂੰ ਆਏ ਤੇ ਆ ਕਰ ਮੱਥਾ ਟੇਕ ਕੇ ਉਹ ਵੀ ਬੈਠ ਗਏ। ਤਾਂ ਸਾਈਂ ਸਾਹਿਬ ਜੀ ਪੁੱਛਣ ਲੱਗੇ, ਜੋ ਮਹਾਰਾਜ ਜੀ ਅੱਜ ਕਿਉਂ ਉਦਾਸੀ ਦੇ ਘਰ ਵਿਚ ਹੋ, ਕੀ ਕਾਰਨ ਹੈ ਜੀ, ਕਿਰਪਾ ਕਰਕੇ ਦੱਸੋ ਜੀ। ਤਾਂ ਸ੍ਰੀ ਸਤਿਗੁਰ ਜੀ ਆਖਿਆ, ਜੋ ਸਾਈਂ ਸਾਹਿਬ ਜੀ ਕੀ ਦੱਸੀਏ, ਇਸ ਘਰ ਦੀ ਰੀਤੀ ਐਸੀ ਹੈ ਜੋ ਅਸੀਂ ਕੁਝ ਕਰ ਨਹੀਂ ਸਕਦੇ, ਕਿਉਂਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕਰ ਜਸਮ ਪਾਤਸ਼ਾਹ ਤੀਕਣ ਪੂਜਾ ਬੰਦ ਰਹੀ ਹੈ। ਤੇ ਜਦ ਅਨੰਦਪੁਰ ਸਾਹਿਬ ਵਿਚ ਜੁਜ ਵੇਲੇ ਲਾਚਾਰੀ ਬਣੀ, ਤਾਂ ਸ੍ਰੀ ਸਤਿਗੁਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੂਜਾ ਦਾ ਧਾਨ ਲੱਖਾਂ ਰੁਪਿਆਂ ਦਾ ਸਤਲੁਜ ਨਦੀ ਵਿਚ ਸੁਟਵਾ ਦਿੱਤਾ ਤੇ ਸਿੱਖਾਂ ਨੂੰ ਨਹੀਂ ਖਾਵਣ ਦਿੱਤਾ। ਤਾਂ ਸਿੱਖ ਉਸ ਵੇਲੇ ਦਰਖਤਾਂ ਦੇ ਪੱਤਰਾਂ ਤੇ ਗੁਜ਼ਰਾਨ ਕਰਦੇ ਰਹੇ। ਸੋ ਉਹੀ ਮਰਿਆਦਾ ਹੁਣ ਵੀ ਹੈ। ਅੱਗੇ ਤਾਂ ਸ੍ਰੀ ਸਤਿਗੁਰ ਦਸਮ ਪਾਤਸ਼ਾਹ ਜੀ ਨੇ ਭੇਟਾ ਲੈ ਕੇ ਸਤਲੁਜ ਨਦੀ ਵਿਚ ਪਵਾ ਦਿੱਤੀ ਹੈ ਸੀ, ਤੇ ਜਿਹੜੇ ਸਿੱਖ ਦਰਸ਼ਨ ਵਾਸਤੇ ਆਉਂਦੇ ਹੈ ਸਨ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਸੀ। ਪਰ ਸ੍ਰੀ ਸਤਿਗੁਰ ਦਸਮ ਪਾਤਸ਼ਾਹ ਜੀ ਉਸ ਲੰਗਰ ਵਿਚੋਂ ਆਪ ਸਵੀਕਾਰ ਨਹੀਂ ਸਨ ਕਰਦੇ। ਇਸੀ ਤਰ੍ਹਾਂ ਜਿਤਨੀ ਸੰਗਤ ਬਾਹਰੋਂ ਆਉਂਦੀ ਹੈ ਸੀ, ਲੰਗਰ ਵਿਚੋਂ ਪ੍ਰਸ਼ਾਦਾ ਚੱਕਦੀ ਹੈ ਸੀ, ਪਰ ਸ੍ਰੀ ਸਤਿਗੁਰ ਅਮਰਦਾਸ ਜੀ ਆਪ ਢੇਰਨੀ ਕੱਟ ਕੇ ਜੁਆਰੀ ਦਾ ਉਗਰਾ ਛਕਦੇ ਹੈ ਸਨ। ਇੱਥੇ ਵੀ ਬਸ ਨਹੀਂ, ਜਿਹੜੇ ਸ੍ਰੀ ਸਤਿਗੁਰੂ ਜੀ ਦੇ ਲਾਡਲੇ ਸਿੱਖ ਭਾਈ ਮੰਝ ਵਰਗੇ ਹੋਏ ਐਵਨ, ਉਹਨਾਂ ਨੂੰ ਵੀ ਸ੍ਰੀ ਸਤਿਗੁਰੂ ਜੀ ਨੇ ਮਨਾ ਕੀਤਾ, ਕਿਉਂਕਿ ਭਾਈ ਮੰਝ ਜੀ ਸ੍ਰੀ ਸਤਿਗੁਰ ਅਰਜਨ ਦੇਵ ਜੀ ਦੇ ਲੰਗਰ ਵਾਸਤੇ ਲੱਕੜੀਆਂ ਆਣਦੇ ਹੈ ਸਨ ਤੇ ਪ੍ਰਸ਼ਾਦ ਲੰਗਰ ਵਿਚੋਂ ਛਕ ਲੈਂਦੇ ਹੈ ਸਨ। ਇੱਕ ਦਿਨ ਸ੍ਰੀ ਸਤਿਗੁਰੂ ਜੀ ਘੱਟ ਘੱਟ ਦੀ ਜਾਣਨ ਵਾਲੇ ਨੇ ਡਿੱਠਾ, ਜੋ ਭਾਈ ਮੰਝ ਲਾਡਲਾ ਸਿੱਖ ਹੈ ਤੇ ਸ੍ਰੀ ਸਤਿਗੁਰੂ ਜੀ ਦੇ ਨਾਮ ਤੋਂ ਆਪਣਾ ਘਰ ਕਾਟ ਬਾਲ ਬੱਚਾ ਵਾਰ ਚੁੱਕਾ ਹੈ ਤੇ ਹੁਣ ਗੁਰੂ ਦੇ ਦੁਆਰੇ ਆ ਕਰ ਲੰਗਰ ਦੀ ਸੇਵਾ ਕਰਦਾ ਹੈ ਤੇ ਪ੍ਰਸ਼ਾਦ ਲੰਗਰ ਵਿਚੋਂ ਛਕ ਲੈਂਦਾ ਹੈ, ਪਰ ਇਸ ਵਿਚ ਉਸਦਾ ਘਾਟਾ ਹੈ, ਕਿਉਂਕਿ ਲੰਗਰ ਆਮ ਤੌਰ ਤੇ ਸਾਧ ਸੰਗਤ ਦੀ ਮਾਇਆ ਤੇ ਚੱਲਦਾ ਹੈ ਤੇ ਕਿਸੇ ਦੀ ਮਾਇਆ ਹੱਛੀ ਕਮਾਈ ਦੀ ਆਉਂਦੀ ਹੈ ਤੇ ਕਿਸੇ ਦੀ ਪਾਪ ਦੀ। ਸੋ ਐਸੇ ਲਾਡਲੇ ਸਿੱਖ ਵਾਸਤੇ ਅੱਛਾ ਨਹੀਂ ਹੋਵੇ ਤਾਂ ਭਾਈ ਮੰਝ ਨੂੰ ਮਨੇ ਕਰੀਏ। ਸੋ ਇੱਕ ਦਿਨ ਸ੍ਰੀ ਸਤਿਗੁਰ ਅਰਜਨ ਦੇਵ ਜੀ ਨੇ ਇੱਕ ਸਿੱਖ ਨੂੰ ਭੇਜਿਆ, ਜੋ ਸਾਹਮਣੇ ਜਿਸ ਸਿੱਖ ਨੇ ਲੱਕੜੀਆਂ ਦਾ ਗੱਡਾ ਸਟਿਆ ਹੈ ਉਸਨੂੰ ਸੱਦ ਲਿਆ। ਤਾਂ ਸਿੱਖ ਭਾਈ ਮੰਝ ਨੂੰ ਸ੍ਰੀ ਸਤਿਗੁਰ ਜੀ ਦੇ ਹਜ਼ੂਰ ਸੱਦ ਲੈ ਗਿਆ। ਤਾਂ ਭਾਈ ਮੰਝ ਨੇ ਆ ਕਰ ਸ੍ਰੀ ਸਤਿਗੁਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਤਾਂ ਸ੍ਰੀ ਸਤਿਗੁਰ ਜੀ ਪੁੱਛਣ ਲੱਗੇ, ਜੋ ਭਾਈ ਮੰਝ ਕਿੱਥੇ ਰਹਿੰਦਾ ਹੈ? ਤਾਂ ਭਾਈ ਮੰਝ ਨੇ ਆਖਿਆ, ਗਰੀਬ ਨਿਵਾਸ ਜੀ ਆਪ ਦੇ ਦੁਆਰੇ ਤੇ ਰਹਿੰਦਾ ਹਾਂ ਜੀ। ਤਾਂ ਫਿਰ ਸ੍ਰੀ ਸਤਿਗੁਰ ਜੀ ਪੁੱਛਿਆ, ਭਾਈ ਕੀ ਕੰਮ ਕਰਦਾ ਹੈ?
ਤਾਂ ਭਾਈ ਮੰਜ ਨੇ ਆਖਿਆ ਜੋ ਲੰਗਰ ਵਾਸਤੇ ਲੱਕੜੀਆਂ ਆਣਦਾ ਵਾ। ਤਾਂ ਸ੍ਰੀ ਸਤਿਗੁਰ ਜੀ ਆਖਣ ਲੱਗੇ ਜੋ ਭਾਈ ਪ੍ਰਸ਼ਾਦ ਕਿੱਥੋਂ ਛਕਦਾ ਹੈ? ਤਾਂ ਭਾਈ ਮੰਜ ਨੇ ਆਖਿਆ ਜੀ ਲੰਗਰ ਵਿੱਚੋਂ। ਤਾਂ ਸ੍ਰੀ ਸਤਿਗੁਰ ਜੀ ਆਖਿਆ ਭਾਈ ਮੰਜ ਜਿਹਾ ਲੱਕੜੀਆਂ ਦਾ ਗੱਡਾ ਲੰਗਰ ਵਾਸਤੇ ਆਉਂਦਾ ਤੇ ਜਿਹਾ ਪ੍ਰਸ਼ਾਦ ਛੱਕ ਛੋੜਿਆ, ਵਾਧਾ ਤਾਂ ਕੁਝ ਨਾ ਹੋਇਆ। ਤਾਂ ਭਾਈ ਮੰਜ ਰੋ ਕਰ ਸ੍ਰੀ ਸਤਿਗੁਰ ਜੀ ਦੇ ਚਰਨਾਂ ਤੇ ਟੱਠਾ ਤੇ ਬੇਨਤੀ ਕੀਤੀ, ਉਸ ਜੋ ਸੱਚੇ ਪਾਤਸ਼ਾਹ ਜੀ ਕੋਈ ਐਸੀ ਜੁਗਤ ਦੱਸੋ ਜਿਸ ਵਿੱਚ ਵਾਧਾ ਹੋਵੇ। ਤਾਂ ਸ੍ਰੀ ਸਤਿਗੁਰ ਜੀ ਆਖਣ ਲੱਗੇ ਭਾਈ ਮੰਜ ਲੰਗਰ ਦੀ ਸੇਵਾ ਤਾਂ ਬੇਸ਼ੱਕ ਕਰੋ ਪਰ ਪ੍ਰਸ਼ਾਦ ਆਪਣੀ ਦਸਾਨੂਆਂ ਦੀ ਕਿਰਤ ਕਰਕੇ ਛਕੋ। ਜਾਂ ਦੇ ਵਚਨ ਭਾਈ ਮੰਜ ਜੀ ਨੇ ਸੁਣੇ ਤਾਂ ਸ੍ਰੀ ਸਤਿਗੁਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਉਸ ਜੋ ਹੇ ਗਰੀਬ ਨਿਵਾਜ ਸੱਚਿਆ ਪਾਤਸ਼ਾਹ ਜੀ ਇਹ ਆਪਣਾ ਵਚਨ ਇਸ ਦਾਸ ਪਾਸੋਂ ਆਪ ਪੂਰਾ ਕਰਵਾਓ ਜੀ। ਤਾਂ ਸ੍ਰੀ ਸਤਿਗੁਰੂ ਜੀ ਨੇ ਥਾਪੀ ਦਿੱਤੀ ਤਾਂ ਭਾਈ ਮੰਜ ਮੱਥਾ ਟੇਕ ਕਰ ਚਲਾ ਗਿਆ। ਹੁਣ ਭਾਈ ਮੰਜ ਜਿਹਨੇ ਲੰਗਰ ਵਾਸਤੇ ਲੱਕੜੀਆਂ ਲੈ ਆਵੇ ਤੇ ਰਾਤੀ ਠਠਿਆਰਿਆਂ ਦੇ ਜਾ ਕਰ ਵਦਾਨ ਮਾਰੇ, ਜਿਹੜੇ ਪੈਸੇ ਠਠਿਆਰਿਆਂ ਕੋਲੋਂ ਮਿਲਣ ਉਹ ਆਪ ਹੀ ਖਾਵੇ ਤੇ ਵਿੱਚੋਂ ਕਿਸੇ ਲੋੜਵੰਦ ਨੂੰ ਵੀ ਦੇਵੇ। ਸੋ ਸਾਈਂ ਸਾਹਿਬ ਜੀ ਇਹ ਰੀਤੀ ਤੋੜਦੀ ਚੱਲੀ ਆਉਂਦੀ ਹੈ। ਸੋ ਹੁਣ ਪੰਜਾਬ ਵਿੱਚੋਂ ਦੋ ਚਾਰ ਸਿੱਖ ਰੋਜ਼ ਨਵੇਂ ਆ ਜਾਂਦੇ ਐਵਨ ਤੇ ਦੋ ਵੇਲੇ ਤਾਂ ਪ੍ਰਸ਼ਾਦ ਅਸੀਂ ਘਰੋਂ ਛਕਾ ਦਿੰਦੇ ਐਵਾਂ, ਪਰ ਅਸੀਂ ਮਨੇ ਕਿਸੇ ਨੂੰ ਨਹੀਂ ਕਰ ਸਕਦੇ ਜੋ ਭਾਈ ਹੁਣ ਤੋਂ ਇੱਥੋਂ ਚਲਾ ਜਾ। ਸੋ ਸਾਰਾ ਪੰਜਾਬ ਹੋਇਆ ਜੇਕਰ ਅਦਰੋਂ ਵੱਲ ਪਰਤ ਪਿਆ ਤਾਂ ਸਾਡੇ ਪਾਸ ਇਤਨੀ ਜਗ੍ਹਾ ਨਹੀਂ ਜੋ ਉਹਨਾਂ ਨੂੰ ਸੰਭਾਲੀਏ। ਅਸੀਂ ਇਸ ਵਿਚਾਰ ਵਿੱਚ ਸਾਂ ਜੋ ਮਾਰ ਗੱਲਿਓ ਪਰੇ ਪਰੇ ਕੋਈ ਪੂਰਾ ਸਿੱਖ ਮਿਲੇ ਜਿਹੜਾ ਸਾਰੀ ਪੰਜਾਬ ਦੀ ਸੰਗਤ ਨੂੰ ਸੰਭਾਲ ਸਕੇ ਤਾਂ ਇਹ ਕੰਮ ਉਸਦੇ ਸਪੁਰਦ ਕਰੀਏ। ਹੁਣ ਤੁਸੀਂ ਸਿਆਣੇ ਹੋ, ਸਾਈਂ ਵਾਲੇ ਹੋ, ਵੱਡੇ ਹੋ, ਕਿਰਪਾ ਕਰਕੇ ਦੱਸੋ ਜੋ ਕਿਹੜੇ ਸਿੱਖ ਦੇ ਹਵਾਲੇ ਕਰੀਏ। ਤਾਂ ਸਾਈਂ ਸਾਹਿਬ ਜੀ ਆਖਣ ਲੱਗੇ ਜੋ ਮਹਾਰਾਜ ਜੀ ਸੂਰਜ ਦੇ ਸਾਹਮਣੇ ਟਿਟਾਣਾ ਕੀ ਕਰ ਸਕਦਾ ਹੈ? ਆਪ ਮਾਲਕ ਹੋ, ਜਿਸ ਤਰ੍ਹਾਂ ਚਾਹੋ ਕਰੋ ਜੀ। ਤਾਂ ਫਿਰ ਸ੍ਰੀ ਸਤਿਗੁਰ ਜੀ ਆਖਿਆ ਤੁਸੀਂ ਹੀ ਦੱਸੋ। ਤਾਂ ਸਾਈਂ ਜੋਹਰ ਜੀ ਨੇ ਆਪਣੇ ਤੇ ਪਰਦਾ ਪਾਇਆ ਤੇ ਆਖਣ ਲੱਗੇ ਜੋ ਭਾਈ ਧਨੀ ਰਾਮ ਜੀ ਪਾਸ ਬੈਠਾ ਹੈ ਇਹ ਵੀ ਪੂਰਾ ਸਿੱਖ ਹੈ, ਇਸ ਨੂੰ ਹੁਕਮ ਕਰੋ ਜੋ ਦੱਸੇ। ਤਾਂ ਸ੍ਰੀ ਸਤਿਗੁਰੂ ਜੀ ਨੇ ਭਾਈ ਧਨੀ ਰਾਮ ਨੇ ਆਖਿਆ ਜੋ ਧਨੀ ਰਾਮ ਤੂੰ ਹੀ ਚਾਹ ਦੱਸ। ਸਾਈਂ ਸਾਹਿਬ ਜੀ ਤਾਂ ਛਪਾਂਦਰਾ ਕਰਦੇ ਆਵਨ। ਤਾਂ ਭਾਈ ਧਨੀ ਰਾਮ ਜੀ ਨੇ ਆਖਿਆ ਤੂੰ ਸਾਡੀ ਨਜ਼ਰ ਹੋਵੇ ਤਾਂ ਦੱਸਾਂ ਕਿਉਂ, ਤੂੰ ਸਾਡੀ ਨਜ਼ਰ ਹੋਵੇ ਤਾਂ ਦੱਸਾਂ, ਕਿਉਂਕਿ ਲਿਖਿਆ ਹੈ ਕਰਨ ਕਰਨ ਪ੍ਰਭ ਏਕ ਦੂਸਰ ਨਹੀਂ ਕੋਏ। ਹੇ ਅੰਤਰਜਾਮੀ ਪਿਤਾ ਤੂੰ ਆਪ ਕਰਨ ਕਾਰਨ ਹੈ, ਬਾਕੀ ਰਹੀ ਤੇਰੀ ਮਰਜ਼ੀ, ਜਿੱਥੋਂ ਚਾਹੇ ਚਾਹ ਬੁਲਾਵੇ। ਤਾਂ ਭਾਈ ਧਨੀ ਰਾਮ ਜੀ ਨੇ ਮੱਥਾ ਟੇਕਿਆ
ਉੱਥੇ ਮੱਥਾ ਟੇਕ ਕਰ ਅੱਖੀਆਂ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵੱਲ ਲਾਈਆਂ ਤੇ ਮੂੰਹ ਉੱਪਰ ਪੱਲਾ ਪਾ ਲਿੱਤਾ ਤਾਂ ਇਹ ਕੜੀ ਪਿੱਛੋਂ ਮੱਥਾ ਟੇਕ ਕਰ ਅਰਜ਼ ਕਰਨ ਲੱਗਾ ਜੋ ਹੇ ਦੀਨਾ ਨਾਥ ਜੀ ਜੋ ਕੋਈ ਦਾਸ ਨੂੰ ਦੱਸਿਆ ਨੇ ਉਹ ਇਹ ਹੈ ਕਿ ਭੈਣੀ ਸਾਹਿਬ ਵਿੱਚ ਭਾਈ ਰਾਮ ਸਿੰਘ ਜੀ ਨਾਮ ਦੇ ਰਸੀਏ ਰਹਿਤ ਬਹਿਤ ਦੇ ਪੂਰੇ ਪੰਜਾਬ ਦੀਆਂ ਸੰਗਤਾਂ ਨੂੰ ਉਹ ਸੰਭਾਲ ਸਨ ਤਾਂ ਸਾਈ ਸਾਹਿਬ ਜੀ ਨੇ ਵੀ ਆਖਿਆ ਜੋ ਭਾਈ ਸਨੀ ਰਾਮ ਜੀ ਸੱਚ ਆਖਦਾ ਹੈ ਤਾਂ ਸ੍ਰੀ ਸਤਿਗੁਰ ਜੀ ਖੁਸ਼ੀ ਦੇ ਘਰ ਵਿੱਚ ਆਏ ਤੇ ਆਖਣ ਲੱਗੇ ਜੋ ਸਾਈ ਸਾਹਿਬ ਜੀ ਤੁਸਾਂ ਪਹਿਲਿਓ ਕਿਉਂ ਨਹੀਂ ਦੱਸਿਆ ਤਾਂ ਸਾਈ ਸਾਹਿਬ ਜੀ ਆਖਣ ਲੱਗੇ ਜੋ ਜੀ ਸਾਨੂੰ ਕੀ ਪਤਾ ਹੈ ਅਸੀਂ ਤਾਂ ਭਾਈ ਧਨੀ ਰਾਮ ਹੋਰਾਂ ਦੀ ਗੱਲ ਆਖੀ ਹੋਈ ਪਏ ਆਖਦੇ ਰਾਵਾਂ ਜੀ ਇਹ ਅਗਮ ਨਿਗਮ ਦੀਆਂ ਖ਼ਬਰਾਂ ਤਾਂ ਭਾਈ ਧਨੀ ਰਾਮ ਹੀ ਦੇ ਸਕਦਾ ਹੈ ਤਾਂ ਭਾਈ ਧਨੀ ਰਾਮ ਜੀ ਡਰਿਆ ਤੇ ਮਨ ਵਿੱਚ ਆਖਣ ਲੱਗਾ ਜੋ ਮੈਂ ਇਹ ਗੱਲ ਨਹੀਂ ਦੱਸਣੀ ਸੀ ਕਿਉਂਕਿ ਸਾਈ ਸਾਹਿਬ ਜੀ ਨੂੰ ਸਭ ਕੁਝ ਮਾਲੂਮ ਹੈ ਵੇ ਕਿ ਉਹ ਇਤਨਾ ਛੁਪਾਂਦਰਾ ਕਰਦੇ ਆਵਣ ਤੇ ਆਪ ਸ੍ਰੀ ਸਤਿਗੁਰ ਜੀ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਦਾ ਪਤਾ ਹੈ ਉਹਨਾਂ ਦੇ ਸਾਹਮਣੇ ਮੈਂ ਉੱਚੀ ਗੱਲ ਕਿਉਂ ਕੀਤੀ ਹੈ ਇਹ ਤਾਂ ਬੜੀ ਭਾਰੀ ਭੁੱਲ ਹੋਈ ਹੈ ਦੂਜਾ ਗੁਰੂ ਘਰ ਵਿੱਚ ਕਰਾਮਾਤ ਮਨਾ ਹੈ ਸੋ ਇਹਨਾਂ ਸੋਚਾਂ ਨੇ ਭਾਈ ਧਨੀ ਰਾਮ ਤੇ ਐਸਾ ਅਸਰ ਕੀਤਾ ਜੋ ਭਾਈ ਧਨੀ ਰਾਮ ਜੀ ਦਾ ਵੈਰਾਗ ਗਿਆ ਤੇ ਸ੍ਰੀ ਸਤਿਗੁਰ ਜੀ ਦੀ ਚੱਲੀ ਝੱਠਾ ਤੇ ਲੱਗਾ ਫੁੱਲਾਂ ਬਖਸ਼ਵਾਵਣ ਤਾਂ ਸ੍ਰੀ ਸਤਿਗੁਰ ਜੀ ਨੇ ਸਹਾਰਾ ਦਿੱਤਾ ਉੱਧਰ ਹੁਣ ਭਾਈ ਰਾਮ ਸਿੰਘ ਜੀ ਜਿਨ੍ਹਾਂ ਦਾ ਨਾਮ ਹੈ ਹੁਣ ਮੈਂ ਅੱਗੋਂ ਬਾਬਾ ਰਾਮ ਸਿੰਘ ਜੀ ਲਿਖਾਂ ਸੋ ਬਾਬਾ ਰਾਮ ਸਿੰਘ ਜੀ ਸਵੇਲੇ ਵੀ ਭਜਨ ਕਰਨ ਤੇ ਸ਼ਾਮ ਨੂੰ ਵੀ ਵੱਡੇ ਵੈਰਾਗ ਵਿੱਚ ਰਵਣ ਤਾਂ ਜਿਸ ਵੇਲੇ ਵੈਰਾਗ ਵਿੱਚ ਹੋ ਜਾਵਣ ਤਾਂ ਉਸ ਵੇਲੇ ਇਹ ਤੁੱਕਾਂ ਪੜਨ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸੰਤ ਨਿਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਮਾਰ ਮੇਲਾ ਪੰਜਵਾਂ ਚੋਕ ਦੇ ਕਰ ਪਹਿਲਾ ਫੇਰ ਦਿਲ ਵਿੱਚ ਆਖਣ ਜੋ ਹੇ ਮਨ ਤੂੰ ਝੂਠਾ ਹੈ ਜੋ ਤੇਰਾ ਮਨ ਸ੍ਰੀ ਸਤਿਗੁਰ ਜੀ ਦੇ ਦਰਸ਼ਨ ਨੂੰ ਸੱਚਮੁੱਚ ਲੋਚਦਾ ਹੈ ਤਾਂ ਤੂੰ ਦਰਸ਼ਨ ਕਰਨ ਜਾਂਦਾ ਕਿਉਂ ਨਹੀਂ ਜਦ ਪੌੜੀ ਪੜ੍ਹ ਲਵਣ ਤਾਂ ਦੂਜੀ ਪੌੜੀ ਪੜ੍ਹਨ ਤੇਰਾ ਮੁਖ ਸੁਹਾਵਾ ਜੀਓ ਸਹਿਜ ਸੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੁਦੇਸ ਜਾ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੋ ਕੋਲੀ ਓ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਜਦ ਪੌੜੀ ਪੜਨ ਤਾਂ ਆਪਣੇ ਮਨ ਨੂੰ ਆਖਣ ਜੋ ਹੇ ਮਨ
जे तू सचमुच श्री सतगुरु जी दा सोना मुखड़ा वेखना है, जिस दी रचना विचों सहज पद नाम शोभा पा रहा है, हां तू उठ चेते सचे सतगुरु जी दे चरणा विच पहुंच। जब दूजी पवड़ी पढ़ रहे तां बाबा राम सिंह जी ने तीजी पवड़ी पढ़ी, एक कड़ी न मिलते ता कल युग होता, हुण कद मिले प्रिया तुझ भगवंता, मोए रहण न वे आवे नींद न आवे, बिन देखे गुर दरबारे जियो, ओ कोली जियो कोल कमाई, इस सच्चे गुर दरबारे जियो। जद पौड़ी बाबा राम सिंह जी ने पढ़ी वैराग विच तो सहारा ना हो सकिया, ते श्री सतगुरु जी दी तरफ अजरो सौ वर्ल तुर पे, नाल होर भी बहुत सारे सिख तुरे, रस्ते विच बेनतियां दे शब्द पढ़दे आए, शब्द कुचिल कठोर कपट कामी, जो जानते उतारे स्वामी रहो, तू समरथ शरण जो, तू रखे अपनी कल तार, जाप ताप नेम सुच संजम, नाई इन विदे छुटकार, गर्त कोर अंध ते काडो, प्रभ नानक नजर निहार। इसी तरह वैराग मई शब्द पढ़दे पढ़दे हजरो साहब पहुंचे, अगे श्री सतगुरु बालक सिंह साहिब जी बाग विच बैठे है सन, समेत सिखां दे बाबा राम सिंह जी जा श्री सतगुरु जी दे चरणा ते टठे, ते लगे शब्द पढ़न, भागवा गुर संत मिलाया, प्रभ अविनाशी कर मैं पाया, सेव करी पल च सन विछड़ा, जन नानक दास तुम्हारे जियो, हां कोली जियो कोल कुमाई, जन नानक दास तुम्हारे जियो। रहाओ ए पौड़ी बाबा राम सिंह जी ने पढ़ी, ते फिर वैराग दे घर विच हो गए, ते लगे बेनतियां करन, उस वेले ए तुकां पढ़ियां, जो जानो त्यो राग, हर प्रभ तेरे आ, केते गण असंख अवगण मेरे आ, असंख अवगण खते फेरे, नित प्रद सद भूली है, मोह मगन बिकराल माया, तौ प्रसादी कूली है, लूक करत विकार बिखड़े, प्रभ नेर ऊते नेरिया, बिनवंत नानक दया तारो, काढ पाव जल फेरिया। जब ए शब्द बाबा राम सिंह जी ने पढ़िया ते वैराग कीता, ता सारी संगत जेड़ी कोल बैठी है सी उना दिया चीका निकल गईया,
सारी संगत लगी मेरी आप करण ते आखण जो सच्चा पातशाह राख लै। ता भाई अमर सिंह ने बेनती की थी के सच्चा पातशाह जी जेड़ा शब्द बाबा राम सिंह जी ने पढ़िया है कृपा करो ते इस शब्द दा पाओ सारी संगत नु दसो जी। ता श्री सतगुरु जी भाई अमर सिंह जी दी बेनती प्रवान की थी ते इस शब्द दा पाओ इस तरह दसिया। श्री सतगुरु जी आखन लगे जो सिखो तुसानु पता है जो भाई राम सिंह पूरन सिख है ते रहत बहत विच भी पक्का है वे कोई अवगुण इस विच नहीं। सो ऐसा पूरा सिख जो पाप तो रहत है श्री सतगुरु जी दे दरबार किस तरह आकर बेनती करदा है ज्यो जानो त्यो राख हर प्रभ तेरे पाव। हे श्री सतगुरु जी ज्यो जान सो जान रख ले क्योंकि असी तेरे दर से आए टठे हैं। मां अगली तुक भी दसिया है कि केते गनो असंख अवगण मेरे हे श्री सतगुरु जी एक नहीं दो नहीं केते अनगिनत भाई असंखाई अवगण मेरे विच अमन ताते हे सिखो इत्थे तुसानू पता है जो भाई राम सिंह विच कोई अवगण नहीं है सी पर श्री सतगुरु जी दे द्वारे ते आकर पुकार दे हवन कि मेरे विच अनगिनत अवगण है वन। सो ठीक इत्थे सुकड़ी है कि मान होंदे होए निमाना तान होंदे होए अगली तुक दस दी है असंख अवगण खते फेरे नित प्रत सद भूली है इसका भाव श्री सतगुरु जी दस दे अमन कि असंख अवगण करके भी जी बस नहीं करदा निता प्राति असंख अवगण करदा है ते जमन मरण दे खातियां दे फेर भी पैंदा है। इस तो अगली तुक दसदी है जो मोह मगन बिकराल माया ताऊ प्रसादी कोली है मोह दी ममता दी जेवड़ी विच जीव मगन है हंकार दा मता होया हे सतगुरु जी तेरी कृपा द्वारा मेर द्वारा बख्शिश द्वारा बच सकता है। इस तो अगले तुक भी दसदे हैं लोक करत बेकार बिखड़े प्रभ नेरे होते नेरे इस भी दसदे अमन कि हे श्री सतगुरु जी असि विकारी जीव तेरे कोलो लुका के छपा के बेकार काम बुरे काम कर दे हां पर सतगुरु जी तू नेड़े कोलो भी नेड़े है तू अंतर्यामी है। अगली तुक विच बेनती कर दे अमन बिनवंत नानक दया तारो काड पव जल फेरिया हे श्री सतगुरु जी हुण दया करो कृपा करो मेहर करो
इतनी बेनती सुनकर श्री सतगुरु जी तृष्टमान होंदे अमन ते पुछदे अमन सिखा की आखदा है कार्ड पाव जल फेरिया हे दीनानाथ जी जे दयालु होए हो ता पाव जल दे समुंदर तो पार करो जी जमण मरण तो बचाओ जी। जादिर शब्द दा भाव श्री सतगुरु बालक सिंह जी ने दस्या ता सारी संगत दा सूत्र निकल गया ते वड़े वैराग विच हो गई ते आखन लगे भाई जो श्री सतगुरु जी दे घर विच किसी निम्रताई है जो जिना सिखा विच पाप दी कणी भी नहीं ते रहत बैत विच भी पक्के कितने निम्रता भरे शब्द श्री सतगुरु जी दे हजूरी विच पढ़दे आवन असी तां एवें ही अपने आप मियां मिठू बने हुए आवां सारी संगत लगी अपने अपने मन नू ताड़ना करन। इस तो पिछों श्री सतगुरु जी ने बाबा राम सिंह जी नू कुशल आनंद पूछया ते फिर आखन लगे जो राम सिंह तू मार गलियों परे परे पंजाब दा गुरु होयो धन धन सतगुरु राम सिंह साहिबे आप जी दी सदाई है। इस तो पिछो श्री सतगुरु जी ने बाबा राम सिंह जी नू कुशल आनंद पूछया ते फिर आखन लगे जो राम सिंह तू मार गलियो परे परे पंजाब दा गुरु होयो ता बाबा राम सिंह जी गल विच पला पाए कर उठ खलोते ते बेनती करन लगे गरीब निवाज जी एह काम किसी होर दे सपुरद करो जी दास कोलो कोई सेवा दा काम लो जी। ता श्री सतगुरु बालक सिंह जी आख्या राम सिंगा एह साडे वस दी गल नहीं एह श्री परमेश्वर जी दी मर्जी है ऐ भी वड़ी सेवा है जो संसार दा भला करना ऐ भी वड़ी सेवा है जो संसार दा भला करना सो श्री सतगुरु जी दी तरफों तैनू हुक्म है जो मार गलियों परे परे जिसनू भजन दे सो वादा पैसी पत्थर नू दे सो पशुआ नू दे सो मतलब कि जिस नू दे सो वादा पैसी। ए गल सुन के बाबा राम सिंह जी लगे वैराग करन ते आखन लगे सच्चा पातशाह जी ए भारी जिम्मेवारी दा काम है इस नू आप ही निभाना हो सी। ता श्री सतगुरु बालक सिंह जी आख्या राम सिंह तू फिकर ना कर श्री सतगुरु जी अपना काम आप निभा सक। ता बाबा राम सिंह जी ने उस वेले एह तुकां पढ़िया सतगुर होए दयाल सरदार पूरी है सतगुर होए दयाल न कबहु चूरी है सतगुर होए दयाल त दुख न जानिए सतगुर होए दयाल चार रंग माणिए सतगुर होए दयाल तजम का डर के हाल सतगुर होए दयाल तसद ही सुख दिया सतगुर होए दयाल त नवनिध पाई है
सतगुरु होए दयाल तां सच समाई है। जद शब्द बाबा राम सिंह जी ने पढ़िया तां श्री सतगुरु बालक सिंह साहिब जी ने बाबा राम सिंह जी नू गल नाल लाया तां बाबा राम सिंह जी दे कपाट खुल गए, अगम निगम दी सोझी हो गई। ता बाबा राम सिंह जी ने श्री सतगुरु जी अगे मत्था टेकिया, ता श्री सतगुरु जी ने थापी दिती ते आख्या बच्चा तू कल इथो पंजाब वल टुर जावी, ते जेड़ा सिख आवे उस नू तुसा उत्थे ही भजन देना, साढ़े कोल ना ही भेजना, जिस तरह तेरी मर्जी है पंजाब दा काम चला, तेनू पूरा अख्तियार है वे, पर श्री सतगुरु जी दे घर दी रीति नहीं तरोड़नी। जद इसने वचन श्री सतगुरु बालक सिंह जी आखे तां बाबा राम सिंह जी ने फिर मत्था टेकिया ते श्री सतगुरु जी दी उस्तत विच ए शब्द पढ़िया, तुद त्यायन बेद कते भर सड़खणे, गणती गणे न जाए तेरे दर पड़े, ब्रह्मे तुद त्यायन इंद इंद्रासन, शंकर विष्णु अवतार हर जस मुख पणा, पीर पिकंबर से मसाइक ओलिए, पोत पोत निरंकार कट कट मौलिए, कूड़ो करे विनाश तर में तगिए, जित जित लाए आप तित तित लगिए, गुजरी वार की पौड़ी। जदे शब्द बाबा राम सिंह जी ने श्री सतगुरु जी दी हजूरी विच श्री सतगुरु जी दी उस्ती दा पढ़िया तां कुछ चिर लई श्री सतगुरु बालक सिंह जी चुप कर रहे, ते कुछ चिर पिछों सारी संगत मुंह ते पल्ले पाकर भजन करन लगी। अनेरा पै गया तां श्री सतगुरु जी ने मत्था टेकिया, पिछों सारी संगत ने मत्था टेकिया, तां श्री सतगुरु जी उठ के घर आए, तां बाबे राम सिंह नूं ते जेड़े सिख बाबा राम सिंह जी नाल आए है सन सारिआं नूं प्रसाद छकाया। प्रसाद छक कर श्री सतगुरु जी चौबारे ते चढ़ गए ते बाबा राम सिंह जी भी नाल चौबारे ते चढ़ गए। सारी रात सत्संग बनिया रहा। जद वड्डा वेला होया तां बाबा राम सिंह जी ने सहज सिखां दे पंजाब नूं जाण दी तैयारी कीती, पर बहुत वैराग करन वैराग ठल्या ना जावे ते आखण पातशाह देह दे दर्शन बिना किस तरह गुजर सी। तां श्री सतगुरु जी ने सहारा दिता ते आख्या तू जिस वेले अंतर ध्यान होए कर सानू याद कर से असी दर्शन दे सा। तां बाबा राम सिंह जी मत्था टेक कर जान दी आग्या मंगी, तां श्री सतगुरु जी ने थापी देकर आख्या जा तेरा ते तेरी संगत दा गुरु राखा। तां श्री सतगुरु जी ने थापी देकर आख्या जा तेरा ते तेरी संगत दा गुरु राखा। तां बाबा राम सिंह तुर पिया ते नाल हजरो साहब दी संगत तोरन गई, पर बाबा राम सिंह जी दा वैराग बंद ना होवे तां हजरो साहब दी संगत दो मील तो मुड़ी
जिस वेले अजरो साथ दी संगत मुड़ी तां बाबा राम सिंह जी दियां चीकां निकल गईयां। तां अजरो साथ दी संगत ने सारी विच्छा श्री सतगुरु बालक सिंह जी नूं आण के सुनाई ते आखण लगी, जो बाबा राम सिंह जी बहुत विलाप करदे सन ते जिस वेले असीं वापस मुड़े ਤਾਂ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ। ਜਦ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਨੇ ਅੰਤਰ ਧਿਆਨ ਹੋ ਕਰ ਡਿੱਠਾ ਤਾਂ ਕੀ ਵੇਖਣ, ਜੋ ਜਿੱਥੋਂ ਅਜਰੋ ਸਾਹਿਬ ਦੀ ਸੰਗਤ ਮੁੜੀ ਹੈ ਸੀ, ਬਾਬਾ ਰਾਮ ਸਿੰਘ ਜੀ ਉੱਥੇ ਹੀ ਬੇਸੁੱਧ ਪਏ ਹਨ ਤੇ ਬਾਕੀ ਸਿੱਖ ਪਾਸ ਹੀ ਬੈਠੇ ਹਨ। जो केड़े वेले देह विच आंदे अमन, पर बाबा राम सिंह जी नूं कुछ खबर नहीं। जब श्री सतगुरु जी अंतर ध्यान होए तां बाबा राम सिंह जी विच समा गए। लगियां वार्ता होवन, चार घड़ियां श्री सतगुरु बालक सिंह साहिब जी बाबा राम सिंह जी कोल रहे ते उना नूं सहारा दिता, जो तुसी फिकर ना करो, असी इस साडे अंग संग आवां। चार घड़ियां पिछों श्री सतगुरु जी भी देह विच आए ते इधर बाबा राम सिंह जी ने पंजाब दा रस्ता लिता। चार घड़ियां श्री सतगुरु बालक सिंह साहिब जी बाबा राम सिंह जी कोल रहे ते उना नूं सहारा दिता, जो तुसी फिकर ना करो, असी तो साडे अंग संग हैवां। चार घड़ियां पिछों श्री सतगुरु जी भी दे विच आए ते उधर बाबा राम सिंह जी ने पंजाब दा रस्ता लिता। साखी पूरी होई एक ओंकार सतगुर परसाद, तन तन श्री सतगुर बालक सिंह साहिब सच्चे पातशाह जी, तन तन श्री सतगुर बाबा संग साहिब सच्चे बालक सिंह साहब जी का जस देश देशांतरां विच फैल गया। लगिया संगतां दर्शनां लई आवण, सो एक सिख भाई बूढ़ा मैदान विच रहिंदा है सी, उस विच सुनिया जो अजरो साहब विच श्री सतगुरु बालक सिंह साहब जी प्रगटे आवण, सो सुनकर ਉਹ ਵੀ ਅਜਰੋ ਸਾਹਿਬ ਦਰਸ਼ਨ ਕਰਨ ਲਈ ਆਇਆ। ਜਦ ਅਜਰੋ ਸਾਹਿਬ ਪਹੁੰਚਿਆ ਤਾਂ ਸ੍ਰੀ ਸਤਿਗੁਰ ਜੀ ਧਰਮਸ਼ਾਲਾ ਵਿੱਚ ਕਥਾ ਕਰ ਰਹੇ ਸਨ ਤੇ ਸੰਗਤ ਦੀ ਬੜੀ ਭੀੜ ਹੈ ਸੀ। ਸੋ ਜਦ ਭਾਈ ਬੂੜਾ ਧਰਮਸ਼ਾਲਾ ਵਿੱਚ ਪਹੁੰਚਿਆ ਤਾਂ ਭਾਈ ਬੂੜੇ ਨੂੰ ਅੱਗੇ ਜਾਣ ਦਾ ਰਸਤਾ ਨਾ ਮਿਲਿਆ, ਕਿਉਂਕਿ ਸੰਗਤ ਦੀ ਬਹੁਤ ਭੀੜ ਹੈ ਸੀ। ਤਾਂ ਭਾਈ ਬੂੜਾ ਪਿੱਛੋਂ ਹੀ ਮੱਥਾ ਟੇਕ ਕਰ ਬੈਠ ਗਿਆ, ਪਰ ਸ੍ਰੀ ਸਤਿਗੁਰੂ ਜੀ ਘੱਟ ਘੱਟ ਦੀ ਜਾਣਨ ਆ ਰਹੇ ਨੇ। ਇੱਕ ਸਿੱਖ ਨੂੰ ਹੁਕਮ ਦਿੱਤਾ, ਸਿੱਖਾ ਉਹ ਪਿੱਛੇ, ਜਿਹੜਾ ਨਵਾਂ ਸਿੱਖ ਆਏ ਕਰ ਬੈਠਾ ਹੈ ਉਸ ਨੂੰ ਸਾਡੇ ਕੋਲ ਬੁਲਾ ਲਿਆ। ਤਾਂ ਉਸ ਸਿੱਖ ਨੇ ਭਾਈ ਬੂੜੇ ਨੂੰ ਸ੍ਰੀ ਸਤਿਗੁਰੂ ਜੀ ਕੋਲ ਬੁਲਾ ਆਂਦਾ, ਤਾਂ ਭਾਈ ਬੂੜੇ ਨੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੱਲ ਵਿੱਚ ਪੱਲਾ ਭਾਈ ਕਰ ਸਾਹਮਣੇ ਖਲੋ ਗਿਆ। ਤਾਂ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਆਖਿਆ, ਭਾਈ ਬੂੜਾ ਤੂੰ ਸੱਚ ਆਖ, ਤੂੰ
फिर क्यों जन्म पाया है? भाई बूढ़ा तू सच आख, तुद फिर क्यों जन्म पाया है? ता भाई बूढ़े ने आख्या, सच्चा पातशाह तू सानू सब कुछ मालूम है जी, हुण कृपा करो ते खलासी करो जी, जो फिर जन्म विच ना आवां जी, अपना वचन संभालो जी। एह गल भाई बूढ़ा आके फिर बेनतियां करन लगा, बेनतियां करन ते एह तुक पड़े, जे पुली जे चुकी साई पी तहिंजी काड़िया, रासुयस्पदियां कर दस काफी एक युंकार सतगुर प्रसाद, जे पुली जे चुकी साई पी तहिंजी काड़िया, जिन्ना ने ओ दू जाने लगा चूर वरो से वाड़िया, होना छोड़ो कंत पासरा सदा रंगीला लाल प्यारा, एहो महिंजा आसरा राओ, सजन तू है सैन तू मैं तुझे ऊपर वो वाणिया, जा तू अंदर तू ता सुखे तू निमानी मानिया, जे तू तुटा कृपा निदान ना दू जावे काल, या पाई मुदा तेरी नित हिरदे रखा सवाल, पाव जुलाई पंद तो नैनी दर्द दिखाल, सरवणी सुनी कहानियां जे गुर थी वे कृपा, किति लख करोड़ प्रिय रोम न पूजन तेरिया, तू साई ओ साओ ओ कह न सका गुण तेरिया, सया तो असंख मन जो अब वदानिया, एक पोरी नगर न्याल दे दरस रंग मानिया, जय जिठे मन तीरी है किल विख वंजन दूरे, सो क्यों विसरे माओ मैं जोरिया पर पूरे, होए निमाणी टैपरी मिलिया सहज सुवाए, पूरब लिखिया पाया नानक संत साए। हे करण कारण दीना नाथ साधु जियो, जे मैं भुला हां तेरे बचन कोलों, तेरे बचन कोलों चुक गया हां, फिर भी तेरा हे दीना नाथ, हे करण कारण दीना नाथ साधु जियो, जे मैं भुला हां तेरे बचन कोलों चुक गया हां, फिर भी तेरा हां, अपने नाम लगे जी लाज पालो जी। जदे निम्रता परी बेनती भाई बूढ़े ने कीती तां कई सिखां दे अथरू निकल गए, जदे वह रागमई बेनती श्री सतगुरु जी ने सुनी तां आखन लगे, भाई बूढ़ा जेड़ी भुल तेरे पासों होई है तू संगत भी सुना दे, जो संगत सुनकर लाभ उठावे। तब भाई बूढ़े ने आख्या, सच्चा पातशाह जी मैं
पूजा दी रोटी खादी है सी। इस वास्ते फिर जन्म पाया है ता श्री सतगुरु बालक सिंह जी ने आख्या भाई बूढ़ा पिछले जन्म दी सारी कथा सुना। तो भाई बूढ़े आख्या जो तुसी थापी दे हो जी ता सुनावा जी। ता श्री सतगुरु जी ने भाई बूढ़े नू थापी दिती। ता भाई बूढ़ा लगा पिछले जन्म दी कथा सुनावन। आखन लगा सच्चे पातशाह गरीब निवाज सतगुरु जी पिछले जन्म विच मैं तू साडे चरणा विच रहंदा है सा ते तू साडी सेवा करदा है सा। तू साडा हुक्म है सी के किसी दे घर दा प्रसाद नहीं छकना। एक दिन मैनू डाडी भुख लगी ते कोल ही धर्मशाला है सी। उत्थे मैं जाकर भाई पासों एक रोटी खादी। जद मैं मुड़ के आया ता तुसा पुछिया जो तू किथे गया है से। पहलो ता मैं बहाना कीता जो बाहर गया है सा। पर जिस वेले तुसा ताड़ना कीती कि सच आख ता मैं डर गया ते सच दस दिता जो मैनू डाडी भुख लगी है सी। ते कोल धर्मशाला विच भाई पासों एक रोटी खादी है ता तुसा आख्या जो बहुत बुरा काम कीता है ए लेखा तैनो देना पैसे। ता मैं डरिया रोया तू साडे चरण पकड़े जो भूल माफ करो जी। ता तुसा आख्या फिर जन्म तेनो धारना पैसी आ। ता मैं फिर अरज कीती जो जी मेरी खलासी कदन हो सी। ता तुसा आख्या जो कल युग विच असी अवतार धारसा ते तू सानू मिलसे भजन लैसे फिर तेरी खलासी हो सी। ए गल दस के भाई बूढ़ा रो कर श्री सतगुरु जी दे चरणा ते चठा ते बाकी संगत जेड़ी अजरो साहब दी ते बाहर दी बैठी हुई है सी ए वार्ता भाई बूढ़े कोलो सुन कर कम उठी ते सारी संगत आखन लगी जो ए निरंकार गुरु है घट कर दी जानन वाला है। वे भाई बूढ़े ने ता एक रोटी खादी है ते उसु फेर जन्म ता पावना पिया ते असी जा कुछ आग वेखदे ही नहीं जिसो मिलदा है खा लेंदे। मतलब की सारी संगत बहुत डरी ते श्री सतगुरु जी ने सारी संगत नु धीरज दिता ते आख्या तुसी भजन करो सतगुरु बख्शिश दा दाता है। उन भाई बूढ़ा चरना तो उठे नाई आखे मेरी खलासी करो जी। ता श्री सतगुरु जी आख्या उठ भाई बूढ़ा तेरी खलासी निरंकार पासो करवा सा। ता भाई बूढ़े ने आख्या सच्चा पातशाह जी निरंकार कोई होर भी है तू ही निरंकार है। ता श्री सतगुरु जी आख्या चुप भाई बूढ़ा चुप हुणे संसार पिछे लग जासी। ता भाई बूढ़े आख्या संसार पासो मैं ना ही डरदा तू सचमुच निरंकार है हुण दास कर मेर कर बख्शिश कर ते मेरा बेड़ा पार कर। ता भाई बूढ़े दी प्रीति वेख कर श्री सतगुरु जी ने आख्या जो भाई बूढ़ा थोड़ा सहारा कर
ਕਸਾ ਦਾ ਭੋਗ ਪਿਆ ਤਾਂ ਤੈਨੂੰ ਭਜਨ ਦਿੱਤਾ ਜਾ ਸੀ ਤਾਂ ਜਿਸ ਵੇਲੇ ਕਸਾ ਦਾ ਭੋਗ ਪਿਆ ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਸਾਹਿਬ ਜੀ ਨੇ ਭਾਈ ਬੂੜੇ ਨੂੰ ਨਾਮ ਦਾ ਦਾਨ ਦਿੱਤਾ ਤੇ ਭਾਈ ਬੂੜੇ ਦੇ ਮੂੰਹ ਪਿੱਛੇ ਹੋਰ ਵੀ ਬਾਹਰੋਂ ਜਿਹੜੇ ਸਿੱਖ ਆਏ ਹੋਏ ਸਨ ਉਹਨਾਂ ਤੇ ਵੀ ਨਾਮ ਦੀ ਬਖਸ਼ੀਸ਼ ਹੋਈ ਤਾਂ ਸ੍ਰੀ ਸਤਿਗੁਰੂ ਜੀ ਭਾਈ ਬੂੜੇ ਨੂੰ ਨਾਮ ਦਾ ਦਾਨ ਦੇ ਕਰ ਆਪਣੇ ਘਰ ਆਏ ਤੇ ਨਾਲ ਭਾਈ ਬੂੜਾ ਵੀ ਆਇਆ ਪ੍ਰਸ਼ਾਦ ਦਾ ਵੇਲਾ ਹੈ ਸੀ ਸੋ ਸ੍ਰੀ ਸਤਿਗੁਰੂ ਜੀ ਨੇ ਪ੍ਰਸ਼ਾਦ ਛਕਿਆ ਤੇ ਸੀਸ ਪ੍ਰਸ਼ਾਦ ਭਾਈ ਬੂੜੇ ਨੂੰ ਦਿੱਤਾ ਤਾਂ ਭਾਈ ਬੂੜੇ ਦੇ ਕਪਾਟ ਖੁੱਲ ਗਏ ਤਾਂ ਭਾਈ ਬੂੜੇ ਨੇ ਬੜੇ ਵੈਰਾਗ ਵਿੱਚ ਇਹ ਸ਼ਬਦ ਪੜਿਆ ਸੁਤੇ ਅਪਰਾਧ ਕਰਤੇ ਜਨਨੀ ਤੀਰਥ ਨਾ ਰਾਖਸ ਤੇ ਰਾਮਈਆ ਬਾਲਕ ਤੇਰਾ ਕਾਇ ਨ ਖੰਡ ਸੇ ਅਵਗਨ ਮੇਰਾ ਰਾਓ ਜੇ ਅਤਿ ਕ੍ਰੋਪ ਕਰੇ ਕਰ ਤਾਇਆ ਤਾਪੀ ਤੀਤ ਨ ਰਾਖਸ ਮਾਇਆ ਚਿੰਤ ਪਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਦੇ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਆਸਾ ਕਬੀਰ ਜੀ ਜਦ ਇਹ ਸ਼ਬਦ ਵੱਡੇ ਵੈਰਾਗ ਵਿੱਚ ਭਾਈ ਬੂੜੇ ਨੇ ਪੜਿਆ ਤਾਂ ਸ੍ਰੀ ਸਤਿਗੁਰੂ ਜੀ ਨੇ ਭਾਈ ਬੂੜੇ ਦੀ ਇਹ ਨਿਮਰਤਾ ਵੇਖ ਕਰ ਸ੍ਰੀ ਸਤਿਗੁਰੂ ਜੀ ਨੇ ਆਖਿਆ ਭਾਈ ਬੂੜਾ ਹੁਣ ਤੋਂ ਨਿਹਾਲ ਹੋਇਓ ਤੇਰੀ 84 ਦੀ ਬਾਕੀ ਮੁੱਕ ਗਈ ਜਿੱਥੇ ਅਸੀਂ ਉੱਥੇ ਤੂੰ ਜਦ ਬਖਸ਼ਿਸ਼ ਸ੍ਰੀ ਸਤਿਗੁਰੂ ਜੀ ਨੇ ਭਾਈ ਬੂੜੇ ਤੇ ਕੀਤੀ ਤਾਂ ਕੋਲ ਹੀ ਸਾਈਂ ਜੋਹਰ ਜੀ ਬੈਠੇ ਹੋਏ ਹੈ ਸਨ ਉਹਨਾਂ ਬੇਨਤੀ ਕੀਤੀ ਜੋ ਸੱਚੇ ਪਾਤਸ਼ਾਹ ਜਿਹੜਾ ਸ਼ਬਦ ਭਾਈ ਬੂੜੇ ਨੇ ਪੜਿਆ ਹੈ ਇਸਦਾ ਭਾਵ ਦੱਸੋ ਜੀ ਤਾਂ ਸ੍ਰੀ ਸਤਿਗੁਰੂ ਜੀ ਨੇ ਸਾਈਂ ਸਾਹਿਬ ਜੀ ਦੀ ਬੇਨਤੀ ਪ੍ਰਵਾਨ ਕਰਕੇ ਇਸ ਸ਼ਬਦ ਦਾ ਭਾਵ ਇਸ ਤਰ੍ਹਾਂ ਦੱਸਿਆ ਜੋ ਜਗਿਆਸੀ ਨੂੰ ਕਿਸ ਤਰ੍ਹਾਂ ਸ੍ਰੀ ਸਤਿਗੁਰੂ ਜੀ ਅੱਗੇ ਬੇਨਤੀ ਕਰਨੀ ਲੋੜ ਹੈ ਜਿਸ ਤਰ੍ਹਾਂ ਪੁੱਤਰ ਆਪਣੇ ਮਾਪਿਆਂ ਦੇ ਘਰ ਵਿਗਾੜੇ ਕਰਦਾ ਹੈ ਤੇ ਮਾਤਾ ਪਿਤਾ ਉਸ ਨੂੰ ਇਆਣਾ ਬਾਲ ਸਮਝ ਕਰ ਬਖਸ਼ ਛੋੜਦੇ ਅਮਨ ਇਸੇ ਤਰ੍ਹਾਂ ਬਾਲਕ ਸੀ ਨਿਆਈ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਕਰ ਜਗਿਆਸੀ ਬੇਨਤੀ ਕਰੇ ਜੋ ਗਰੀਬ ਨਿਵਾਸ ਜੀ ਮੈਂ ਇਆਣਾ ਬਾਲਕ ਹਾਂ ਤੇ ਆਪ ਮਾਤਾ ਪਿਤਾ ਵਾਸੋ ਕਰ ਮੇਰੇ ਅਵਗੁਣ ਨਾ ਚਿਤਾਰੋ ਜੀ ਤਾਂ ਤੇ ਦੀਨਾ ਨਾ ਜੀ ਮੈਂ ਤੇਰਾ ਬਾਲਕ ਹਾਂ ਕਿਰਪਾ ਕਰਕੇ ਮੇਰੇ ਅਵਗਣ ਖੰਡਨ ਕਰੋ ਦਾਤਿਆ ਅਸੀਂ ਜੀਵ ਆਪਣੀ ਮਨ ਬੁੱਧੀ ਕਰਕੇ ਤੇਰੇ ਚਰਨਾਂ ਕੋਲੋਂ ਦੂਰ ਰਹੇ ਬਾਹਰ ਦੌੜੇ ਪਰ ਧੰਨ ਤੂੰ ਹੈ ਜੋ ਸਾਡੀਆਂ ਵਾਦੀਆਂ ਕਾਟੀਆਂ ਆਪਣੇ ਚਿੱਤ ਵਿੱਚ ਨਹੀਂ ਰੱਖੀਆਂ ਤੇ ਉਲਟਾ ਸਾਨੂੰ ਆਪਣੇ ਚਰਨਾਂ ਨਾਲ ਲਾਇਆ ਹੇ ਦਾਤਿਆ ਸਾਡਾ ਮਨ ਤੇਰੇ ਕੋਲੋਂ ਵਿਛੜਿਆ ਹੋਇਆ ਭਰਮਾਂ ਵਿੱਚ ਪਿਆ ਹੈ ਭਾਉ ਭਟਕ ਰਿਹਾ ਹੈ ਸੋ ਜਦ ਤੀਕਰ ਮਨ ਦਾ ਟਿਕਾਣਾ ਹੋਵੇ
नाम दा वास्ता नहीं हो सकदा। ते तेरे दर ते तेरे नाम बिना मैं किस तरह संसार रूपी समुंदर तो पार होवां। कृपा कर ते अपनी मत बख्श जो तेरे चरणा विच मन दा टिका होवे। ते सहज पद नाम स्वास स्वास सिमरन होवे। जग श्री सतगुरु जी ने इस शब्द दा भाव दस्या ते जग्यासी दी अवस्था दसी जो किस तरह जग्यासी श्री सतगुरु जी अगे बेनती करे ता साईं जवाहर जी दा वैराग छुट गया ते आखन लगे जो इस ठिकाने पहुंचना बहुत कठिन काम है। ता साईं जवाहर जी ने श्री सतगुरु जी दे चरणा ते मथा टेकिया ते भाई बूढ़े ने भी मथा टेकिया। ता भाई बूढ़ा दूजे दिन आ गया लेकर अपने घर नूं गया। ता जिस तरह जग्यासी श्री सतगुरु जी अगे बेनती करे तो साईं जवाहर जी दा वैराग छुट गया ते आखर लगे जो इस ठिकाने पहुंचना बहुत कठिन काम है। ता साईं जवाहर जी ने श्री सतगुरु जी दे चरणा ते मथा टेकिया ते भाई बूढ़े ने मथा टेकिया। ता भाई बूढ़ा दूजे दिन आ गया लेकर अपने घर नूं गया। साखी पूरी हुए राम कली मल्ला की जान एक ओंकार सतगुरु प्रसाद अनंत पिया मेरी माए सतगुरु मैं पाया सतगुरु सा पाया राग रतन परवार परियां सफल गावणियां जिनके मन वस्या वाजे शब्द कहे कहे नानक सच्चे सारे क्या नहीं करते सच्चा नाम मेरा आधार सच नाम प्रशांत सुख मन आए वस्या जिन इच्छा सब पूजा सदा कुर्बान की ठाकुर विष्णु जी जय कहे नानक सोना संतो समस्त रूप सच्चा नाम मेरा आधारो वाजे पंच वाजे कार सुभागे कार सुभागे सफद वाजे कल्ला जित्वर कारिया पंचो तुलवाच इसे काल कंठक मारिया तुल धर्म पाया तुझे गोते नाम आगे लागे कहे नानक दैत ब्यो किसका यानि अलवाजे मन सरोवर पागी हो दल मनोरथ पूरे पारम प्रपाया उठे जल बचूरे दुख रोग संताप विप्रे सुनी सच्ची वाणी संत साजन पे सच्चे पूरे गुरते जाने सुनते मुनि कहते पर सतगुर लिया पर पूरे निर्वाण नामे गुर चरण लागे वाजे अनया दूरे सुरो कौन गुरु वाणी माता दंत मात्र बेसरा दुर्दाई गाया खेल सब जगत चंगियाँ बुरियाँ राजन धर्मे दूर चंगियाँ पोहानी खेने लिखे दूर जिन्हें नाम से आया ले मस्त स्वाद नानक से मुखोज ले वेती छुटी नाले
गए मस्त नान सत मुख जुड़े के छुटे